ਕਿਰਤੀ ਕਿਸਾਨ ਯੂਨੀਅਨ ਨੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਇਹਦੇ 'ਚ ਜਿਹੜੀਆਂ ਮੰਗਾਂ ਬੜੀਆਂ ਹੀ ਪੰਜਾਬ ਦੇ ਭਲੇ ਦੀਆਂ ਮੰਗਾਂ, ਜਿਹਦੇ 'ਚ ਨਹਿਰੀ ਪਾਣੀ ਬਾਰੇ ਹੈ, ਪੀਣ ਵਾਲੇ ਪਾਣੀ ਬਾਰੇ ਹੈ, ਫਸਲੀ ਤਬਦੀਲੀ ਬਾਰੇ ਹੈ। ਇਹ ਜਿਹੜੀਆਂ ਹੋਣੀਆਂ ਜਿਹੜੀਆਂ ਮੰਗਾਂ ਉਹ ਬਹੁਤ ਜ਼ਰੂਰੀ ਹੈ। ਮੈਂ ਵੀ ਇਹਨਾਂ ਦੇ ਨਾਲ ਰਲ ਕੇ ਅਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ, ਸਰਕਾਰ ਨੂੰ ਬੇਨਤੀ ਕਰਾਂਗੇ ਸਾਰੇ ਰਲ ਕੇ ਕਿ ਇਹਨਾਂ ਦੇ ਪਹਿਲ ਦੇ ਆਧਾਰ 'ਤੇ ਜਿਹੜਾ ਵਿਚਾਰ ਕੀਤਾ ਜਾਵੇ। ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੂਰੇ ਪੰਜਾਬ ਵਿੱਚ ਜਿਹੜੀਆਂ ਭਖਦੀਆਂ ਮੰਗਾਂ ਕਿਸਾਨੀ ਨਾਲ ਸੰਬੰਧਿਤ, ਜਿਵੇਂ ਨਹਿਰੀ ਪਾਣੀ, MSP ਦਾ ਮੁੱਦਾ, ਕਰਜ਼ ਮਾਫ਼ੀ, ਸਮੁੱਚਾ ਕਿਸਾਨਾਂ ਦਾ ਕਰਜ਼ ਮਾਫ਼ੀ, ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਪੂਰੇ ਪੰਜਾਬ ਵਿੱਚ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਵੱਲੋਂ ਮੋਟਰਸਾਈਕਲ ਮਾਰਚ ਕਰ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਜਿਹੜਾ ਹੇਠਲਾ ਪਾਣੀ ਆ ਤਕਰੀਬਨ ਖਤਮ ਹੋ ਚੁੱਕਾ ਹੈ। ਸਾਡੀਆਂ ਮੰਗ ਹੈ ਕਿ ਜਿਹੜਾ ਨਹਿਰੀ ਪਾਣੀ ਆ ਖੇਤਾਂ ਵਿੱਚ 12 ਮਹੀਨੇ ਅਤੇ ਪੁੱਜਦਾ ਕੀਤਾ ਜਾਵੇ, ਅਤੇ ਜਦੋਂ ਕਿਸਾਨਾਂ ਨੂੰ ਨਹੀਂ ਲੋੜ ਹੁੰਦੀ ਅਤੇ ਜਿਹੜੇ ਰੀਚਾਰਜ ਪੁਆਇੰਟ ਆ ਉਹ ਮੋਗਿਆਂ 'ਚ ਲਾਈ ਜਾਣ, ਤਾਂ ਜੋ ਜਿਹੜਾ ਧਰਤੀ ਦਾ ਥੱਲੜਾ ਪਾਣੀ ਦਾ ਪੱਧਰ ਆ ਉਹਦੇ 'ਚ ਸੁਧਾਰ ਆ ਸਕੇ। ਤੁਹਾਡੀ ਦੂਸਰੀ ਮੰਗ ਇਹ ਹੈਗੀ ਵੀ ਜਿਹੜਾ ਨੀਲ ਭਾਖੜਾ ਦਾ ਨੀਲਾ ਭਾ ਮਾਰਦਾ ਪਾਣੀ ਹਰ ਇੱਕ ਘਰ ਤੱਕ ਪੁੱਜਦਾ ਕੀਤਾ ਜਾਵੇ, ਤਾਂ ਜੋ ਜਿਹੜਾ ਪੰਜਾਬ ਹੈ ਉਹ ਬਹੁਤ ਹੀ ਗੰਭੀਰ ਬਿਮਾਰੀਆਂ ਦੇ ਸੰਕਟ ਵਿੱਚ ਫਸ ਚੁੱਕਿਆ ਹੈ, ਅਤੇ ਉਹਨੂੰ ਨਿਜਾਤ ਪਾਉਣ ਲਈ ਸਾਨੂੰ ਇਹ ਮੰਗ ਹੈ ਵੀ ਜਿਹੜਾ ਹਰ ਇੱਕ ਘਰ ਤੱਕ ਉਹ ਪਾਣੀ ਆ ਪੁੱਜਦਾ ਕੀਤਾ ਜਾਵੇ। ਤੀਸਰੀ ਮੰਗ ਜਿਹੜੀ ਹੈਗੀ ਹੈ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਉਹ ਮਾਫ਼ ਕੀਤਾ ਜਾਵੇ, ਕਿਉਂਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਕਾਰਨ ਤਾਂ ਹੀ ਕਰਜ਼ਾ ਚੜਿਆ ਸਾਡੀ ਸਮਝ ਮੁਤਾਬਕ। ਅਤੇ MSP ਦੀ ਜਿਹੜੀ ਰਿਪੋਰਟ ਹੈ ਕਾਨੂੰਨ ਆ ਉਹ ਲਾਗੂ ਕੀਤਾ ਜਾਵੇ। ਜੇਕਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੁੰਦੀ ਹੈ ਤਾਂ ਸਾਡੇ ਕਿਸਾਨਾਂ ਨੇ ਜਿਹੜਾ ਸਰਕਾਰ ਤੋਂ ਕਰਜ਼ਾ ਜਿਹੜਾ ਪੈਸੇ ਉਹ ਲੈਣੇ ਬਣਦੇ ਆ, ਨਾ ਕਿ ਦੇਣੇ ਬਣਦੇ ਆ। ਇਸ ਕਰਕੇ ਸਾਡੀ ਮੰਗ ਹੈ ਵੀ ਜਿਵੇਂ ਕੋਆਪਰੇਟ ਘਰਾਣਿਆਂ ਦੇ ਕਰਜ਼ਿਆਂ 'ਤੇ ਲੀਖ ਮਾਰੀ ਜਾਂਦੀ ਹੈ, ਉਵੇਂ ਹੀ ਜਿਹੜਾ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ। ਅਤੇ ਸਾਡੀ ਪੰਜਵੀਂ ਜਿਹੜੀ ਮੰਗ ਹੈਗੀ ਹੈ ਜਿਹੜੀ ਪੰਜਾਬ ਦੀ ਕਿਸਾਨੀ ਅਤੇ ਛੋਟੇ ਉਦਯੋਗਾਂ ਨੂੰ ਬਚਾਉਣ ਲਈ ਹੈ, ਜਿਹੜਾ ਭਾਰਤ ਪਾਕਿਸਤਾਨ ਦਾ ਵਪਾਰ ਆ ਵਾਹਗਾ ਬਾਰਡਰ ਅਤੇ ਅਟਾਰੀ ਬਾਰਡਰ ਰਾਹੀਂ ਖੋਲ੍ਹਿਆ ਜਾਵੇ। ਤੁਹਾਨੂੰ ਪਤਾ ਹੀ ਹੈ ਜਿਹੜਾ ਇਹ ਵਪਾਰ ਹੈ ਬੰਦਰਗਾਹ ਰਾਹੀਂ, ਜਿਹੜੇ ਅਬਾਨੀ ਡਾਨੀਆਂ ਦੇ ਸ਼ਿਪ ਆ ਵੱਡੇ ਜਹਾਜ਼ ਆ ਉਹਨਾਂ ਰਾਹੀਂ ਹੁਣ ਵੀ ਹੋ ਰਿਹਾ, ਵਾਇਆ ਕਰਾਚੀ ਹੋ ਰਿਹਾ, ਅਤੇ ਜਿਹੜੇ ਸਾਡੇ ਲੋਕ ਉੱਧਰ ਬੈਠੇ ਆ ਉਹਨਾਂ ਨੂੰ ਵੀ ਇਹ ਜਿਹੜੇ ਆ ਚੀਜ਼ਾਂ ਹੁਣ ਜਿਵੇਂ ਕਿ ਕਣਕ ਉੱਧਰ ਆਟਾ ਸਬਜ਼ੀਆਂ ਜਿਹੜੀਆਂ ਇੱਧਰ ਸਬਜ਼ੀਆਂ ਤੋਂ ਸੜਕਾਂ 'ਤੇ ਛੁੱਟੀਆਂ ਜਾ ਰਹੀਆਂ ਅਤੇ ਉੱਧਰ 100-100 ਰੁਪਈਆ ਜਿਹੜਾ ਮਿਲ ਰਿਹਾ ਕਿਲੋ ਦਾ। ਅਤੇ ਸਾਡੀ ਮੰਗ ਹੈ ਜੇਕਰ ਪੰਜਾਬ ਦੀ ਕਿਸਾਨੀ ਬਚਾਉਣੀ ਹੈ, ਛੋਟਾ ਵਪਾਰ ਉਦਯੋਗ ਬਚਾਉਣਾ ਹੈਗਾ, ਤਾਂ ਜਿਹੜਾ ਵਪਾਰ ਹੈ ਸਾਗਾ ਵਾਹਗਾ ਅਤੇ ਅਟਾਰੀ ਬਾਰਡਰ ਰਾਹੀਂ ਖੋਲ੍ਹਿਆ ਜਾਵੇ ਆਮ ਲੋਕਾਂ ਲਈ। ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਕਿਰਤੀ ਕਿਸਾਨ ਯੂਨੀਅਨ ਨੂੰ ਪੂਰੇ ਪੰਜਾਬ ਵਿੱਚ ਅੱਜ ਮੋਟਰਸਾਈਕਲ ਮਾਰਚ ਕਰ ਰਹੇ ਹਾਂ, ਅਤੇ ਤਾਂ ਜੋ ਸਰਕਾਰ ਦੇ ਜਿਹੜੇ ਗੂੰਗੇ ਬੋਲੇ ਕੰਨ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜਾ ਪੰਜਾਬ ਹੈ ਕਿਹੜੀ ਹਾਲਾਤ ਵਿੱਚੋਂ ਲੰਘ ਰਿਹਾ। ਇਹ ਮਾਰਚ ਅਸੀਂ ਵਿਣਗ ਟੋਲ ਪਲਾਜੇ ਤੋਂ ਸ਼ੁਰੂ ਕਰਕੇ ਵੱਖ ਵੱਖ ਰਸਤਿਆਂ ਰਾਹੀਂ ਇੱਥੇ ਅਸੀਂ ਮੁਕਤਸਰ ਪਹੁੰਚੇ ਹਾਂ, MLA ਕਾਕਾ ਬਰਾੜ ਦੇ ਬਾਰ ਮੂਹਰੇ, ਅਤੇ ਇੱਥੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰ ਰਹੇ ਹਾਂ। ਅਤੇ ਜੇਕਰ ਇਹ ਕਿਸਾਨੀ ਮੰਗਾਂ ਜਿਹੜੀਆਂ ਪੰਜਾਬ ਦੀ ਨਾਲ ਸੰਬੰਧਿਤ ਹੈ ਜਿਹੜੀਆਂ ਨਹੀਂ ਮੰਗੀਆਂ ਜਾਂਦੀਆਂ, ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਵੱਡੇ ਸੰਘਰਸ਼ ਉਹ ਵਿਢਾਂਗੇ।